ਸੀ ਉੱਪਰ ਪਹਿਲਾਂ ਹੋ ਰਹੀ ਸੀ ਫਾਇਰਿੰਗ ਵਗੈਰਾ ਅਸੀਂ ਦੇਖ ਰਹੇ ਸੀ ਸਾਡੇ ਪਾਕਿਸਤਾਨ ਇਸ ਸਾਈਡ ਤੇ ਹੈਗਾ ਔਰ ਉਸ ਲੋਕੇਸ਼ਨ 'ਚ ਚੱਕੀ ਜਾਂਦੇ ਸੀ ਅਸੀਂ ਅਤੇ ਉਸ ਦੇ ਦੌਰਾਨ ਇੱਕ ਦੋ ਜਿਵੇਂ ਆਤਿਸ਼ਬਾਜ਼ੀ ਆਈ ਉਹਦੀ ਆਤਿਸ਼ਬਾਜ਼ੀ ਦੇ ਰੂਪ 'ਚ ਦੋ ਉਹਨਾਂ ਨੇ ਆਵਾਜ਼ਾਂ ਕੀਤੀ ਸੀਟੀ ਦੀ ਆਵਾਜ਼ 'ਚ ਇੱਕ ਪਹਿਲਾਂ ਗਿਰੀ ਹੈ ਇੱਕ ਬਾਅਦ 'ਚ ਗਿਰੀ ਹੈ 5 ਮਿੰਟਾਂ ਬਾਅਦ ਹਰਦੇਵ ਸਿੰਘ ਸਾਡੇ ਕੋਲ ਆਇਆ ਭੱਜ ਕੇ ਮੇਰੇ ਘਰ ਕਮਰੇ ਦੇ ਵਿੱਚ ਕੋਈ ਬੰਬ ਨੁਮਾ ਚੀਜ਼ ਵੜ ਚੁੱਕੀ ਹੈ ਅਤੇ ਅਸੀਂ ਜਾ ਕੇ ਦੇਖਿਆ ਉਹ ਸਮੋਕ ਛੱਡੀ ਜਾ ਰਿਹਾ ਸੀ ਫਿਰ ਅਸੀਂ ਦੂਰ ਹੋਏ ਉਹਨਾਂ ਨੇ ਪੁਲਿਸ ਆ ਗਈ ਪੁਲਿਸ ਨੇ ਆ ਕੇ ਉਹ ਰਾਊਂਡ ਅਪ ਕਰ ਲਿਆ ਏਰੀਆ ਬਾਕੀ ਮੌਕੇ 'ਤੇ ਪ੍ਰਸ਼ਾਸਨ ਹੀ ਹੋਇਆ ਸਾਰੀ ਰਾਤ ਹੋ ਗਿਆ ਪ੍ਰਸ਼ਾਸਨ ਇੱਥੇ ਆਪਦਾ ਪੂਰਾ ਹੀ ਆਪਣੀ ਤਹਿ ਦਿੱਲੀ ਨਾਲ ਆਪਦਾ ਕੰਮ ਕਰੀ ਜਾਂਦੇ ਆ ਅਤੇ ਆਉਣ ਆਰਮੀ ਦਾ ਉਹ ਆ ਕੇ ਵੇਟ ਕਰੀ ਜਾਂਦੇ ਆ ਜਾਂ ਕੋਈ ਉਹਨਾਂ ਦਾ ਕੋਈ ਹੋਰ ਹੁੰਦਾ ਮੌਕੇ ਦੀ ਹੈਗੀ ਆ ਮਹਿਕਮੇ ਤਰਫੋਂ ਆਪਦੀ ਸਾਰੀ ਕਾਰਵਾਈ ਤਹਿ ਦਿੱਲੀ ਨਾਲ ਕਰੀ ਜਾਂਦੇ ਐਂਬੂਲੈਂਸ ਆਈ ਵੀ ਹੈ ਫਾਇਰ ਬ੍ਰਿਗੇਡ ਆ ਗਈ ਹੈ ਬਾਕੀ ਲੋਕ ਪਬਲਿਕ ਦਾ ਵੀ ਪੂਰਾ ਸਹਿਯੋਗ ਹੈ ਸਾਡੇ ਪਿੰਡ ਕਲਰ ਖੇੜਾ ਬਾਹਰ ਵੀ ਪੂਰਾ ਸਹਿਯੋਗ ਹੈ ਸਾਡੇ ਪਿੰਡ ਕਲਰ ਖੇੜਾ ਬਾਹਰ ਖੇਤਾਂ ਵਿੱਚ ਕੋਈ ਬੰਬ ਬਲਾਸਟ ਹੋਇਆ ਹੈ ਛੋਟਾ ਗਾਂਵ ਕੇ ਅੰਦਰ ਇੱਕ ਬੰਬ ਕਾਰ ਕਾ ਗੋਲਾ ਗਿਰਾ ਹੈ ਪੁਲਿਸ ਅਧਿਕਾਰੀ ਜਾਂਚ ਕਰ ਰਹੇ ਹੈ ਉਸਕੇ ਬਾਅਦ ਕੁਛ ਪਤਾ ਚੱਲੇ